ਅਸੜਾ ਯਾਰ ਜਾਨੀ ਉਸਤਾਦ ਤੂੰ ਕਿਧਰ ਆਇਆ ਵੱਲਾ ਮੈਂ ਤਾਂ ਤੈਨੂੰ ਸਵੇਰੇ ਦਾ ਪਿਆ ਲੱਭਣਾ ਓਏ ਯਾਰ ਮੈਂ ਥੋੜਾ ਪਿੰਡੀ ਤੱਕ ਗਿਆ ਆ ਤੇ ਉੱਥੇ ਮੋਟਰ ਖਰਾਬ ਹੋ ਗਈ ਹਲਾ ਬਸ ਥੋੜਾ ਜਿਹਾ ਇੰਜਰਡ ਜਾਮ ਗਿਆ ਆ ਕਿਉਂ ਬਰਫ ਵਿੱਚ ਪਿਆ ਚਲਾਣਾ ਹੈ ਕਿ ਓ ਨਾ ਯਾਰ ਬੜੀ ਤੇਜ਼ ਗਿਆ ਨਾ ਤੇ ਆਵਾਜ਼ ਨਾਲ ਇੰਜਰਡ ਜਾਮ ਗਿਆ ਉਹ ਵਤ ਲੈ ਗਿਆ ਮਿਸਤਰੀ ਦੁਕਾਨ ਤੇ ਗੱਡੀ ਪੇ ਠੀਕ ਕਰਾਣਾ ਆ ਕਿ ਪਿਛੋਰੋ ਤੇਰੀ ਭਰਜਾਈ ਦਾ ਟੈਲੀਫੋਨ ਆ ਗਿਆ ਕਿ ਅਲਾ ਜਲਦੀ ਪਹੁੰਚੀ ਉਸ ਨਗਰੀ ਦੇ ਵਿਚਕਾਰ ਟ੍ਰੈਫਿਕ ਜਾਮ ਹੋ ਗਈ ਹੈ ਤੇ ਮੈਂ ਰਕਸ਼ੇ 'ਚ ਫਸੀ ਹੋਈ ਹਾਂ ਆ ਬਸ ਕੇ ਸੁਣਾਵੇ ਜਵਾਨ ਕਿ ਉੱਥੋਂ ਨਿਕਲਾਵਾਂ ਤੇ ਸਿੱਧਾ ਜਾਜ਼ਾਂ ਦੇ ਅੱਡੇ ਤੇ ਗਿਆ ਵਾਂ ਤੇ ਇੱਕ ਜਾਜ਼ 'ਚੋਂ ਇੰਜਣ ਕੱਢਿਆ ਤੇ ਲਿਆ ਕੇ ਆਪਣੀ ਮੋਟਰ 'ਚ ਫਿੱਟ ਕੀਤਾ ਤੇ ਜੋ ਸਲੋ ਮਾਰਿਆ ਤੇ ਗੁਰ ਤੇ 5 ਮਿੰਟ ਨਗਰੀ ਤੇ ਆ ਕੇ ਤੇਰੀ ਭਰਜਾਈ ਨੇ ਚੁੱਕਿਆ ਰਕਸ਼ੇ 'ਚੋਂ ਤੇ ਸਿੱਧਾ ਕਾਰ ਜਾਜ਼ ਦਾ ਇੰਜਣ ਪਾਈ ਮੋਟਰ 'ਚ ਉੱਤੇ ਕਿਉਂ ਨਹੀਂ ਪਾ ਸਕਦਾ ਵਾਂ ਪਾਸ ਆਖਦਾ ਮਗਰ ਇਹ ਗੱਲ ਤਾਂ ਕੋਈ ਮੰਨਣੇ ਵਾਲੀ ਨਹੀਂ ਗੀ ਨਾ ਹਾਂ ਤੇ ਜੜਾਂ ਦਾ ਮਨੇ ਉਹਨੂੰ ਮੋਲਾ ਤਖਤਾ ਕਰੇ ਆ ਬਾਬਾ ਮੰਨਿਆ ਮੰਨਿਆ ਮਗਰ ਲੈ ਹੁਣ ਜਿਗਰ ਤੇ ਹੱਥ ਰੱਖੀ ਹੁਣ ਸਾਡੀ ਵੀ ਕਹਾਣੀ ਸੁਣ ਸੈ ਉਸ ਮੰਨੇ ਜਿਗਰ ਪਕੜੋ ਹੈ ਸੁਣਾ ਜਵਾਨ ਤੇਰੀ ਕੀ ਕਹਾਣੀ ਹੈ ਤੈਨੂੰ ਵੀ ਕੋਈ ਟੈਲੀਫੋਨ ਆਇਆ ਕਰੋਗੇ ਆ ਖੁਦਾ ਨਾ ਕਰੇ ਟੈਲੀਫੋਨ ਕਰੇ ਕਿ ਮੈਂ ਜਿਗਰ ਲੱਤ ਸਟਾਂ ਤੂੰ ਗੱਲ ਤੇ ਸੁਣ ਮੈਂ ਅਗਲੇ ਦਿਨ ਅਮਰੀਕੇ ਸੀ ਵੀ ਆਣਾ ਆ ਜਹਾਜ਼ 'ਚ ਬੈਠ ਕੇ ਤੇ ਜਹਾਜ਼ ਜਦੋਂ ਪਿਛੋਰ ਪਹੁੰਚਿਆ ਅਮਰੀਕੇ ਸੀ ਤੇ ਉੱਤੇ ਆਵਾਜ਼ ਗਰਾ 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 ਓਏ ਮੈਂ ਡਰਾਈਵਰ ਕੋਲ ਗਿਆ ਮਨ ਕਿਆ ਕਿ ਗੱਲ ਹੈ ਜਵਾਨ ਇਹ ਕਿ ਉੱਤੇ ਗਰਾ ਗਰਾ ਪਿਆ ਕਰਨਾ ਜ਼ਮੂਰੀ ਹਾਰ ਪਿਆ ਫਿਰਨਾ ਕਿ ਗੱਲ ਹੈ ਕੁਛ ਲੜ ਗਈ ਕਿ ਕਹਿੰਦਾ ਨਹੀਂ ਮਾਨੀ ਉਸਤਾਦ ਜਹਾਜ਼ ਦੇ ਪਹੀਏ ਪਏ ਨਹੀਂ ਖੁੱਲਦੇ ਇਸ ਵਾਸਤੇ ਉੱਤੇ ਪਿਆ ਫਿਰਨਾ ਵਾਂ ਆ ਮਾਂ ਨੇ ਕਿਹਾ ਉੱਠ ਹੋਏ ਮਾਨੀ ਉਸਤਾਦ ਜਹਾਜ਼ 'ਚ ਹੋਵੇ ਤੇ ਤੈਨੂੰ ਪਹੀਆਂ ਦਾ ਡਰ ਹੋਵੇ ਲਾਈਏ ਪਗੜੀ ਤੇ ਲੱਕ ਨਾਲ ਬੰਦਾ ਤੇ ਗਈ ਗੜਬ ਖਿੜਕੀ ਚੋਂ ਤਲੇ ਕੁੱਕ ਤੇ ਪਹੀਆਂ ਦੀ ਜਗ੍ਹਾ ਲਮੁੱਕ ਗਿਆ ਵਾਂ ਤੇ ਜੋ ਡਰਾਈਵਰ ਨੂੰ ਕਿਹਾ ਚੱਲ ਉਸਤਾਦ ਮਨੇ ਜਹਾਜ਼ ਮੋੜਿਆ ਤੇ ਚੁੱਕ ਲਈ ਤਈ ਮੋੜਿਆ ਤੇ ਚੁੱਕ ਲਈ ਤਈ ਹਾਂ ਹਾਂ ਨਾ ਯਾਰ ਗੱਲ ਤੇ ਕੋਈ ਮੰਨੇ ਵਾਲੀ ਨਹੀਂ ਕਿ ਨਾ ਨਾ ਉਹ ਤੇ ਜੜਾ ਨਾ ਮਨੇ ਉਹਨੂੰ ਮੌਲਾ ਤਖਤਾ ਕਰੇ ਓ ਨਾ ਬਾ ਮੰਨਿਆ ਮੰਨਿਆ ਲਾ ਦਸ ਜਹਾਜ਼ ਮੋੜਿਆ ਚੁੱਕੀ ਤਾਂ ਅੱਗੇ ਕੀ ਹੋਇਆ ਓਏ ਅੱਗੇ ਕੀ ਆਉਣਾ ਆ ਬਸ ਜਹਾਜ਼ ਮਨੇ ਜੋ ਮੋੜੇ ਤੇ ਚੁੱਕਿਆ ਪਹੀਆਂ ਦੀ ਜਗ੍ਹਾ ਤੋਂ ਤੇ ਡਰਾਈਵਰ ਨੂੰ ਕਿਹਾ ਚੱਲ ਜਵਾਨ ਹੁਣ ਆਸਤਾ ਆਸਤਾ ਰਨਵੇ ਤੇ ਚੱਲ ਮਨੇ ਜਹਾਜ਼ ਚੁੱਕ ਲਈ ਤਈ ਉਹ ਆਸਤਾ ਆਸਤਾ ਤਲੇ ਆਇਆ ਤੇ ਮੈਂ ਜਹਾਜ਼ ਚੁੱਕ ਕੇ ਤੇ ਰਨਵੇ ਤੇ ਦੌੜ ਪਿਆ ਵਾਂ ਤੇ ਜਹਾਜ਼ ਦੇ ਜਿਹੜੇ ਵੱਡੇ ਵੱਡੇ ਅਫਸਰ ਹੈ ਨਾ ਉਹਨਾਂ ਨੇ ਲਿਆ ਕੇ ਤੇ ਟੇਬਲਾਂ ਵੱਡੀਆਂ ਵੱਡੀਆਂ ਰੱਖ ਛੋੜੀਆਂ ਤੇ ਮੈਂ ਦੌੜਦਾ ਆ ਕੇ ਤੇ ਟੇਬਲ ਦੇ ਉੱਤੇ ਆਰਾਮ ਤੇ ਜਹਾਜ਼ ਨੂੰ ਰੱਖ ਦਿੱਤਾ ਓਏ ਜਹਾਜ਼ ਨੂੰ ਟੇਬਲ ਤੇ ਰੱਖ ਦਿੱਤੀ ਓਏ ਆ ਨਾ ਯਾਰ ਤੇ ਪਤਾ ਹੀ ਉਸਤਾਦ ਗੱਲ ਤੇ ਕੋਈ ਮਲੇ ਵਾਲੀ ਉਹ ਨਹੀਂ ਗਈ ਨਾ ਨਾ ਤਾ ਜੜਾ ਨਾ ਮਨੇ ਉਹਨੂੰ ਮੌਲਾ ਤਖਤਾ ਕਰੇ ਮੰਨਿਆ ਨਾ ਮੰਨਿਆ ਉਹ ਅੱਗੇ ਤਾਂ ਸੁਣਨਾ ਯਾਰ ਧੰਨਵਾਦ ਬਸ 260 ਆਦਮੀ ਵਿੱਚ ਬੈਠਾ ਆ ਤੇ ਓਏ ਆਰਾਮ ਤੇ ਦਰਵਾਜ਼ਾ ਖੁੱਲੇ ਤੇ 260 ਆਦਮੀ ਟਹਿਲਦਾ ਤਲੇ ਆ ਗਿਆ ਤੇ ਉਹਨਾਂ ਅਫਸਰਾਂ ਨੇ ਮਨੋ ਸ਼ਾਬਾਸ਼ੀ ਦਿੱਤੀ ਹੈ ਤੇ ਦੋਨੋਂ ਡਰਾਈਵਰਾਂ ਨੂੰ ਬੁਲਾਇਆ ਕਿ ਇਧਰ ਆਓ ਬਸ ਅੱਜ ਸੀ ਜਾਓ ਤੁਹਾਡੇ ਦੋਨੋਂ ਦੀ ਛੁੱਟੀ ਕੱਲ੍ਹ ਸੀ ਇਹ ਜਵਾਨ ਮੋਢੇ ਦੇ ਜਹਾਜ਼ ਚੁੱਕ ਕੇ ਅਮਰੀਕੇ ਲਈ ਜਾ ਲਿਆਇਆ ਕਰ ਸੀ ਨਾ ਯਾਰ ਅਮਰੀਕੇ ਲਈ ਜਾ ਲਿਆ ਕਰ ਸੀ ਹੋਇਆ ਨਾ ਇਹ ਅਫਸਰ ਨੇ ਕੀ ਹਾਂ ਮਾਨੀ ਉਸਤਾਦ ਗੱਲ ਤੇ ਕੋਈ ਮੰਨਵੇ ਵਾਲੀ ਨਹੀਂ ਜੀ ਨਾ ਨਾ ਉੱਥੇ ਚੜਾ ਨਾ ਮੰਨੇ ਵਾ ਤੁਹਾਨੂੰ ਮੌਲਾ ਤਖਤਾ ਕਰੇ ਮੰਨਿਆ ਬਵਾ ਮੰਨਿਆ ਇੱਕ ਜਗੰਦਾਰ